हाँ जी बबली जी, अज की गल चाह चू फेंट रहे हो? मैं क्या, चल जब तक तू तैयार होने हो तक मैं चाह चू बना के रख ला। नहीं रोटी कड़ी बनानी है? रोटी आ देखो बस बनती भी है। मैंने कोई पिठी दिखी तो है नहीं, ना आलू आ रही ना गोभी ना मूली। आज आज मिस्सी रोटी है, आ देखो मिस्सी रोटी है। कड़ी मिस्सी रोटी हुई? ए छोले वाला आटा गुन्या। छोले वाला आटा कल पूड़ियां नहीं सी बनाईया? हां ਉਹ ਚੋ ਛੋਲੇ ਬਚ ਗਏ ਸੀਗੇ। ਹੂੰ ਤੇ ਮੈਂ ਉਹਦਾ ਆਟਾ ਗੁੰਨਤਾ। ਬਾ ਤੇਰਾ ਕੰਮ ਵਧੀਆ ਵਾ, ਦੁਪਹਿਰੇ ਪੂੜੀਆਂ ਛੋਲੇ ਬਣਾ ਲੇ, ਰਾਤੀ ਉਹੀ ਛੋਲੇ ਚਾਵਲ ਬਣਾ ਲੇ, ਉਹੀ ਕੰਮ ਆ ਗਏ। ਹੁਣ ਸਵੇਰ ਦਾ ਨਾਸ਼ਤਾ ਫੇਰ ਉਹੀ ਚੀਜ਼। ਥੋੜੇ ਜਿਹੇ ਬਚੇ ਸੀਗੇ ਮੈਂ ਉਹਨਾਂ ਦਾ ਆਟਾ ਗੁੰਨ ਲਿਆ, ਸੁੱਟਣੇ ਥੋੜੀ ਆ। ਦੇਖੋ ਕਿੰਨਾ ਵਧੀਆ ਆਟਾ ਗੁੰਨਿਆ ਹੋਇਆ। ਇਹ ਆਟਾ ਤਾਂ ਬਹੁਤ ਸੋਹਣਾ ਵਾ ਆਟਾ, ਮੈਂ ਤਾਂ ਕਹਿੰਦਾ ਨਹੀਂ ਮਾੜਾ ਆ। ਇਹਨੂੰ ਕਹਿੰਦਾ ਮਿੱਸੇ ਪ੍ਰਸ਼ਾਦੇ। ਬਸ ਇਹ ਆ ਨਾ 3-in-1 ਹੋ ਗਿਆ। ਹਾਂ ਪਹਿਲਾਂ ਪੂੜੀਆਂ ਛੋਲੇ। ਇਹਨੂੰ ਕਹਿੰਦੇ ਆ ਔਰਤਾਂ ਦਾ ਦਿਮਾਗ। ਤੇਰਾ ਕੁਝ ਜ਼ਿਆਦਾ ਹੀ ਚੱਲਦਾ ਵਾ, ਤੂੰ ਦੇਖ ਲੋ। ਮੈਂ ਉਹੀ ਤਾਂ ਕਹਿੰਦਾ ਪਿਆ ਵਾ। ਹਾਂ ਵੀ ਤੈਨੂੰ ਪਤਾ ਸਵੇਰੇ ਸਾਦੀ ਰੋਟੀ ਨਹੀਂ ਖਾਧੀ ਜਾਂਦੀ, ਤੂੰ ਅੱਜ ਫਿਰ ਸਵੇਰੇ ਸਵੇਰੇ ਉੱਠ ਕੇ ਆ ਦਿਮਾਗ ਲਾ ਲਿਆ। ਇਹੀ ਕੁਛ ਹੀ ਚੱਲਣਾ ਹੈ ਸਰਦਾਰ ਜੀ, ਇਹੀ ਕੁਛ ਹੀ ਚੱਲਣਾ। ਸਾਨੂੰ ਪਤਾ ਤੁਸੀਂ ਬਾਹਰ ਦਿਮਾਗ ਲਾਉਂਦੇ ਹੋ ਨਾ, ਅਸੀਂ ਘਰੇ ਦਿਮਾਗ ਲਾਉਂਦੇ ਹਾਂ, ਠੀਕ ਹੈ ਨਾ। ਸਾਰੇ ਕੰਮ ਦਿਮਾਗ ਨਾਲ ਹੁੰਦੇ ਆ ਪਤਾ। ਮੈਨੂੰ ਤਾਂ ਸੋਚਿਆ ਤੇਰੇ ਕੋਲ ਦਿਮਾਗ ਹੈ ਹੀ ਨਹੀਂ ਗਾ। ਦਿਮਾਗ ਬਹੁਤ ਹੈ, ਜਿੱਦਣ ਵਰਤਣ ਲੱਗ ਗਈ ਨਾ ਪੂਰਾ ਪਤਾ ਲੱਗ ਜੂ। ਹਾਂ ਕੱਲ ਵਰਤਿਆ ਸੀ ਸਵੇਰੇ ਸਵੇਰੇ, ਠੱਗੀ ਲਾਣ ਲੱਗੇ 1000 ਰੁਪਏ ਵਾਲਾ। ਉਹ ਕਿਹੜੇ ਪੈਸੇ, ਉਹ ਤਾਂ ਖਤਮ ਹੋ ਗਏ ਸੀ ਸਰਦਾਰ ਜੀ। ਤੇ ਅੱਜ ਤਾਂ ਨਹੀਂ ਮਿਲਣੇ ਪੈਸੇ? ਨਹੀਂ ਮੈਂ ਪੈਸੇ ਮੰਗੇ ਕਦੋਂ ਆ? ਹਾਂ ਅੱਜ ਤਰੀਆਂ ਚੱਲਾਂ ਚੁੱਲਾਂ ਇੱਕ ਦਿਨ ਹੀ ਚੱਲਦੀਆਂ, ਕਾਟ ਕੇ ਆਂਡੀ ਬਾਰ ਬਾਰ ਨਹੀਂ ਚੜ੍ਹਦੀ, ਕੱਲ ਚੜ੍ਹ ਗਈ ਇੱਕ ਵਾਰੀ। ਅੱਛਾ ਹੂੰ, ਤੇ ਅੱਜ ਤੁਸੀਂ ਮੇਰੇ ਨਾਲ ਨਾ ਚੱਲਿਓ ਮਾੜਾ ਜਿਹਾ, ਫਿਰ ਪੈਸੇ ਨਾ ਲਿਓ, ਨਾਲ ਚੱਲਿਓ ਬਸ। ਮਾੜਾ ਜਿਹਾ ਤਾਂ ਮੈਂ ਵੈਸੇ ਨਹੀਂ ਜਾਣਾ। ਨਹੀਂ ਨਹੀਂ ਮਾੜਾ ਜਿਹਾ ਕੰਮ ਜਾਣਾ ਸਰਦਾਰ ਜੀ ਬਸ। ਚੱਲ ਠੀਕ ਆ, ਕੋਈ ਨਹੀਂ ਦੇਖ ਲਿਓ। ਤੇ ਮੈਂ ਕੀ ਕਹਿੰਦੀ ਪਈ ਸੀਗੀ, ਉਹ ਜੰਨਤ ਦਾ ਦਾ ਬੈਗ ਵੀ ਲੈਣਾ ਹੁਣ ਨਵਾਂ ਇੱਕ। ਹਲੇ ਉਹਨੂੰ ਪੇਪਰ ਤਾਂ ਦੇ ਲੈਣ ਦੇ, ਰਿਜ਼ਲਟ ਤਾਂ ਆ ਲੈਣ ਦੇ, ਹੁਣੇ ਬੈਗ ਲੈਣੇ ਨੇ। ਨਹੀਂ ਨਹੀਂ ਮੈਂ ਕਿਹਾ ਸੀ ਚੱਲ ਇੱਕ ਵਾਰੀ ਵੇਖ ਆਂਦੇ ਬਾਜ਼ਾਰ ਜਾ ਕੇ। ਜੰਨਤ ਦੇ ਬਹਾਨੇ ਆਪਣੀ ਸ਼ਾਪਿੰਗ ਹੋਣੀ ਹੈ। ਆਹੋ ਵੀ ਚੱਲ ਕੁੜੀ ਮੰਗਦੀ ਸੀਗੀ, ਮੈਂ ਕਿਹਾ ਚੱਲ ਵੇਖ ਆਵਾਂਗੇ। ਕੋਈ ਨਹੀਂ ਮੈਂ ਕੁੜੀ ਨੂੰ ਨਾਲ ਲੈ ਜਾਊਂਗਾ, ਆਪੇ ਲਿਆ ਕੇ ਦਊਂਗਾ ਵਧੀਆ ਬੈਗ। ਨਹੀਂ ਮੈਨੂੰ ਵੀ ਲੈ ਜਿਓ ਨਾ ਨਾਲ। ਆ ਬੇਲਣਾ ਜਿਹਾ ਪਰੇ ਰੱਖਿਆ ਕਰ। ਮੈਨੂੰ ਵੀ ਲੈ ਜਿਓ ਨਾ ਨਾਲ। ਹਾਂ ਦੇਖੋ ਕਿੰਨੀ ਸੋਹਣੀ ਸਮਾਈਲ ਤੇ ਨਾਲ ਵੇਲਣਾ ਫੜਿਆ ਹੋਇਆ, ਮੈਂ ਕਿਤੇ ਔਖੇ ਮੂੰਹ ਨਾਲ ਫੜਿਆ ਹੋਇਆ, ਪਤਾ ਲੱਗਦਾ ਹੈ ਨਾ। ਚੱਲ ਠੀਕ ਆ, ਬਣਾ ਰੋਟੀ ਫਿਰ। ਇਹਨੂੰ ਹਥਿਆਰ ਕਹਿੰਦੇ ਆ। ਉਹ ਹਥਿਆਰ ਕਹਿੰਦੇ ਆ, ਅਸੀਂ ਵੀ ਝੇਲੀ ਜਾਂਦੇ ਹਾਂ ਵੀ ਬੱਚੇ ਵੱਡੇ ਹੋ ਗਏ, ਲੜਾਈ ਝਗੜੇ 'ਚ ਕੁਛ ਪਿਆ ਨਹੀਂ ਹੈਗਾ, ਤਾਂ ਝੇਲੀ ਜਾਈਦਾ ਸਾਰਾ ਕੁਛ। ਕਦੀ ਪਿਆ ਥੋੜ੍ਹੀ ਹੈ ਤੁਹਾਡੇ? ਆਹੋ ਪਿਆ ਪੈ ਵੀ ਨਹੀਂ ਸਕਦਾ ਕਦੀ। ਮੈਂ ਵਿਖਾਇਆ ਹੀ ਆ ਬਸ, ਇਹਦਾ ਡਰ ਹੀ ਬਹੁਤ ਹੁੰਦਾ ਗੋਲੀ। ਇਹ ਉਹ ਸ਼ਾਇਦ ਜਿਹਦਾ ਡਰ ਬਹੁਤ ਜ਼ਿਆਦਾ। ਮੈਂ ਤਾਂ ਨਹੀਂ ਡਰਦਾ, ਮੈਂ ਤਾਂ ਵੱਡੇ ਵੱਡਿਆਂ ਤੋਂ ਨਹੀਂ ਡਰਿਆ, ਕੀ ਆ ਲੱਕੜ ਜੀ ਛੋਟੀ ਜੀ ਤੋਂ ਬੇਲਣੇ ਤੋਂ ਡਰਨਾ ਮੈਂ। ਤੁਸੀਂ ਨਾ ਰੋਟੀ ਖਾਓ, ਚਲ ਆਰਾਮ ਨਾਲ ਮੱਖਣ ਨਾਲ ਕਿ ਦਹੀਂ ਨਾਲ ਲੈਣੀ? ਨਹੀਂ ਮੱਖਣ ਨਾਲ ਹੀ ਦੇ ਦੇ। ਦਹੀਂ ਵੀ ਹੈਗੀ ਆ, ਆਹ ਦੇਖੋ ਲੋਕੀ ਐਵੇਂ ਰੈਸਪੀਆਂ ਦਹੀਂ ਦੀਆਂ ਬਣਾਉਂਦੇ, ਜੀ ਜੀ ਇਹ ਕਰ ਲਓ ਉਹ ਕਰ ਲਓ, ਅਸੀਂ ਤਾਂ ਇਹਦੇ ਵਿੱਚ ਜਮਾ ਕੇ ਪਾਸੇ ਮਾਰੀ ਦੀ ਆ 2 ਮਿੰਟ ਦੇ ਵਿੱਚ। ਹਾਂ ਨਾਲ ਜੇ ਮੱਖਣ ਮੁੱਖਣ ਖਾਣਾ ਕਿਸੇ ਨੇ, ਅਮੂਲ ਦਾ ਬਟਰ ਆ ਜਾਓ ਜਿਹਨੇ ਖਾਣਾ। ਕਿਹਨੂੰ ਬੁਲਾਈ ਜਾਂਦੇ ਹੋ? ਜਿਹੜਾ ਜਿਹੜਾ ਵੀ ਆ ਸਕਿਆ ਨੇੜੇ। ਚੱਲ ਠੀਕ ਹੈ, ਹੋਰ ਆਟਾ ਗੁੰਨ ਦੂੰਗੀ, ਛੋਲੇ ਪਏ ਆ। ਚੱਲ ਠੀਕ ਹੈ, ਓਕੇ ਓਕੇ।